ਪੰਜਾਬੀ ਗੱਲਬਾਤ ਦੇ ਵਿੱਚ ਸਾਰਿਆਂ ਦਾ ਨਿਗਾ ਸਵਾਗਤ ਹੈ ਮੈਂ ਤੁਹਾਡਾ دوست ਹੂ ਸਪਾਰਮਜੀਤ ਸਿੰਘ ਪਗਨਾ ਸਭ ਤੋਂ ਪਹਿਲਾਂ ਨਿਗਾ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ ਫੇਰ ਗੱਲ ਕਰਾਂਗੇ ਵਿਸਥਾਰ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਖਵੀਰ ਸਿੰਘ ਬਾਦਲ ਨੂੰ ਵੱਡੀ ਚੁਣੌਤੀ ਪੰਜਾਬ 'ਚ ਕੋਰੋਨਾ ਨਾਲ ਅੱਜ 7 ਮੌਤਾਂ 142 ਨਵੇਂ ਕੇਸ ਸ਼ਿਰੋਵੜੀ ਆਕਾਲੀ ਦਲ ਆਰਡੀਨੈਂਸ ਦੇ ਮੁੱਦੇ ਤੇ ਅਪਣਾ ਰਿਆ ਦੌਰੀ ਨੀਤੀ ਭਗਵੰਤ ਮਾਨ ਕੈਬਨਟ ਮੰਤਰੀ ਓਪੀ ਸੋਨੀ ਨੇ ਦੱਸਿਆ ਪੰਜਾਬ 'ਚ ਮੋਡ ਲਾਕਡਾਊਨ ਦਾ ਸੱਚ ਕੋਰੋਨਾ ਦਾ ਕਹਿਰ ਵਧਿਆ ਸਰਕਾਰ ਨੇ ਮੋੜ ਕੀਤੀ 27 15 ਜੁਲਾਈ ਤੱਕ ਬੰਦ ਰਹਿਣ ਗਿਆ ਉਡਾਨਾ ਵੈਕਸੀਨ ਤੋਂ ਬਾਅਦ ਕਰੋਨਾ ਨਹੀਂ ਹੋਵੇਗਾ ਏਜੇ ਗਰੰਟੀ ਨਹੀਂ ਬਿਲਗ੍ਰੇਡਸ ਗਰਦਾਸਪੁਰ ਚ ਪ੍ਰੀਤ ਅਰਪਾਲ ਦੇ ਖਿਲਾਫ ਸਿੱਖ ਜਥੇਬੰਦੀਆਂ ਨੇ ਐਜਪੀਸੀ ਨੂੰ ਦਿੱਤਾ ਮੰਗ ਪੱਤਰ ਹਣ ਖਬਰਾਂ ਵਿਸਥਾਰ ਦੇ ਨਾਲ ਆਮ ਆਦਮੀ ਪਾਰਟੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕੱਲ ਬਠਿੰਡੇ ਵਿੱਚ ਇੱਕ ਵੱਡੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਜਿਸ ਵਿੱਚ ਉਹਨਾਂ ਨੇ ਬਾਦਲ ਪਰਿਵਾਰ ਦੇ ਉੱਪਰ ਕੁਰਸੀ ਦੀ ਖਾਤਰ ਪੰਜਾਬ ਦੇ ਹਿੱਤਾਂ ਨੂੰ ਦਾਅ ਦੇ ਉੱਪਰ ਲਾਉਣ ਦਾ ਵੱਡਾ ਦੋਸ਼ ਲਗਾਇਆ ਹੈ ਤੇ ਭਗਵੰਤ ਮਾਨ ਕੱਲ ਬਠਿੰਡੇ ਦੇ ਵਿੱਚ ਪਹੁੰਚੇ ਹੋਏ ਸੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਕਈ ਲੀਡਰਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਜਿੱਥੇ ਚੀਮਾ ਵੱਲੋਂ ਪਿਛਲੇ ਦਿਨੇ ਮੁੱਖ ਮੰਤਰੀ ਵੱਲੋਂ ਬੁਲਾਏ ਗਏ ਆਲ ਪਾਰਟੀ ਮੀਟਿੰਗ 'ਤੇ ਦਿੱਤੇ ਗਏ ਬਿਆਨ ਦੇ ਵਿੱਚ ਪ੍ਰਧਾਨ ਸਖਬੀਰ ਸਿੰਘ ਬਾਦਲ ਹੁਣ ਮੁੱਕਰ ਰਹੇ ਨੇ ਤੇ ਸਰਦਾਰ ਮਾਨ ਨੇ ਦਾਅਵਾ ਕੀਤਾ ਕਿ ਕੇਂਦਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸ ਦੇ ਮਾਮਲੇ ਵਿੱਚ ਹੁਣ ਅਕਾਲੀ ਦਲ ਆਪਣੀ ਦੋਹਰੀ ਨੀਤੀ ਅਪਣਾ ਰਿਹਾ ਤੇ ਉਹਨਾਂ ਨੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਕੋਲੋਂ ਵੀ ਇਸ ਮੁੱਦੇ ਦੇ ਉੱਪਰ ਆਪਣਾ ਸਟੈਂਡ ਸਪਸ਼ਟ ਕਰਨ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਮੌਕੇ ਤੇ ਐਲਾਨ ਕੀਤਾ ਕਿ ਉਹ ਕਿਸਾਨ ਵਿਰੋਧੀ ਭੂਮੀ ਨਿਬਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਹਲਕਾ ਵਾਈਜ਼ ਜੋ ਉਹਨਾਂ ਦੇ ਪਤਲੇ ਫੁਕੇ ਜਾਣਗੇ ਤੇ ਅਸਲੀ ਜੋ ਭੂਮਿਕਾ ਹੈ ਉਸ ਬਾਰੇ ਲੋਕਾਂ ਨੂੰ ਜਾਗਰਤ ਕੀਤਾ ਜਾਵੇਗਾ ਸੋ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇਸ ਆਰਡੀਨਸ ਦੇ ਮਸਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸਖਬੀਰ ਸਿੰਘ ਬਾਦਲ ਦੋਰੀ ਨੀਤੀ ਦੇ ਚੱਕਰ 'ਚ ਫਸਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਸੂਬੇ ਵਿੱਚ ਮੋੜ ਲਾਕਡਾਊਨ ਦਾ ਸੰਕੇਤ ਦੇਣ ਮਗਰੋਂ ਕਾਫੀ ਚਰਚਾ ਛਿੜੀ ਹੋਈ ਹੈ ਤੇ ਹੁਣ ਕੈਬਨਟ ਮੰਤਰੀ ਊਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਹ ਇਕੱਲੇ ਦਾ ਫੈਸਲਾ ਨਹੀਂ ਹੈ ਸਗੋਂ ਪੂਰੀ ਸਰਕਾਰ ਮਿਲ ਕੇ ਇਸ ਫੈਸਲੇ ਦੇ ਉੱਪਰ ਵਿਚਾਰ ਕਰੇਗੀ ਤੇ ਇਸ ਬਾਰੇ ਉਹ ਸਾਰਿਆਂ ਨੂੰ ਦੱਸੇਗੀ ਵੀ ਜ਼ਰੂਰ ਕਿ ਪੰਜਾਬ ਵਿੱਚ ਲਾਕਡਾਊਨ ਲੱਗੇਗਾ ਜਾਂ ਨਹੀਂ ਲੱਗੇਗਾ ਅੰਮ੍ਰਿਤਸਰ ਦੇ ਵਿੱਚ ਨਿੱਜੀ ਲੈਬਾਰਟਰੀਆਂ ਦੇ ਖਿਲਾਫ ਹੋਈ ਕਾਰਵਾਈ ਬਾਰੇ ਬੋਲਦਿਆਂ ਸੋਨੀ ਨੇ ਕਿਹਾ ਕਿ ਕਿਸੇ ਨੂੰ ਵੀ ਸੂਬੇ ਅੰਦਰ ਗਲਤ ਕੰਮ ਕਰਨ ਦੀ ਇਜਾਜ਼ਤ ਬਿਲਕੁਲ ਵੀ ਨਹੀਂ ਦਿੱਤੀ ਜਾਊਗੀ ਤੇ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਨਿੱਜੀ ਹਸਪਤਾਲ ਨਿਯਮਾਂ ਦੇ ਮੁਤਾਬਕ ਸਰਕਾਰ ਦੇ ਨਾਲ ਮਿਲ ਕੇ ਲੋਕਾਂ ਦਾ ਸਾਥ ਦੇਣ ਤੇ ਸਰਕਾਰ ਵੱਲੋਂ ਵੀ ਅਜੇਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਨਿਜੀ ਹਸਪਤਾਲਾਂ ਦੇ ਵਿੱਚ ਕਰੋਨਾ ਮਹਾਮਾਰੀ ਦੇ ਲੜਾਈ ਦੌਰਾਨ ਲੋਕਾਂ ਦੀ ਸੇਵਾ ਉਹ ਕਰ ਸਕਣ ਪਰ ਜੋ ਵੀ ਗਲਤ ਤਰੀਕੇ ਨਾਲ ਕੰਮਕਾਰ ਕਰੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ। ਓਪੀ ਸੋਨੀ ਨੇ ਚੀਨ ਦੇ ਵਿੱਚ ਸਰਹੱਦ ਦੇ ਉੱਪਰ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਰਾਖੀ ਕਰ ਰਹੇ ਨੇ ਸਾਡੇ ਰਾਖੀ ਕਰਦੇ ਉਹ ਸਰਹੱਦਾਂ ਦੇ ਉੱਪਰ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਸਾਡਾ ਫਰਜ਼ ਵੀ ਬਣਦਾ ਤੇ ਤੁਹਾਨੂੰ ਦੱਸ ਦੇਗਾ ਪਿਛਲੇ ਦਿਨੇ ਸੇਤ ਮੰਤਰੀ ਬਲਵੀਰ ਸਿੱਧੂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਮਾਡਲ ਲੋਕਡਾਊਨ ਲਗਾਇਆ ਜਾ ਸਕਦਾ ਤੇ ਇਸ ਤਰ੍ਹਾਂ ਦੀ ਜੋ ਸਥਿਤੀ ਹੈ ਉਹ ਪੰਜਾਬ ਦੇ ਵਿੱਚ ਫੇਰ ਬਣਦੀ ਨਜ਼ਰ ਆ ਰਹੀ ਹੈ कोरोना वायरस ਕਾਰਨ ਲੱਗੇ ਦੇਸ਼ ਵਿਆਪੀ ਲੋਕਡਾਊਨ ਕਰਕੇ 23 ਮਾਰਚ ਤੋਂ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਰੱਦ ਨੇ ਤੇ ਹੁਣ ਇਸ ਵਿੱਚ ਸਿਵਲ ਐਵੀਏਸ਼ਨ ਦੇ ਡਾਇਰੈਕਟਰ ਜਨਰਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ 15 ਜੁਲਾਈ ਤੱਕ ਬੰਦ ਰਹਿਣਗੀਆਂ ਉਧਰ ਆ ਅਸਾਮ ਗੁਆਟੀ ਤੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਅੰਦਰ 14 ਜ਼ਿਲ੍ਹੇ ਜਿਹੜੇ ਦੱਸੇ ਨੇ ਲੋਕਡਾਊਨ ਇਹਨਾਂ ਦੇ ਅੰਦਰ ਐਲਾਨ ਕੀਤਾ ਗਿਆ ਤੇ ਇਹ 28 ਜੂਨ आधी रात ਤੋਂ ਲਾਗੂ ਹੋ ਜਾਵੇਗਾ ਇਸ ਦਰਾਂ ਹਰਿਆਣਾ ਤੇ ਗੁੜਗਾਓ ਦੇ ਵਿੱਚ ਸ਼ਾਪਿੰਗ ਮਾਲ ਅਗਲੇ ਹਫਤੇ ਖੁੱਲਣਗੇ ਤੇ ਇੱਥੇ ਪਿਛਲੇ ਮਹੀਨੇ ਤੋਂ ਸ਼ਾਪਿੰਗ ਮਾਲ ਜੋ ਪੂਰੀ ਤਰ੍ਹਾਂ ਬੰਦ ਕੀਤੇ ਹੋਏ ਨੇ ਖਬਰਾਂ ਇਹ ਵੀ ਨਿਕਲ ਕੇ ਆ ਰਹੀ ਨੇ ਧਾਰਮਿਕ ਸਥਾਨ ਵੀ ਫਿਲਹਾਲ ਬੰਦ ਰਹਿਣਗੇ ਤੇ ਤੁਹਾਨੂੰ ਦੱਸ ਦੇ ਕਿ ਦੇਸ਼ ਦੇ ਵਿੱਚ ਇੱਕ ਵਾਰ ਫੇਰ ਮੋੜ ਲਾਕਡਾਊਨ ਸਰਗਰਮ ਹੋ ਸਕਦਾ ਇਸ ਤਰ੍ਹਾਂ ਦੀਆਂ ਖਬਰਾਂ ਪੰਜਾਬ ਤੋਂ ਵੀ ਨਿਕਲ ਕੇ ਆ ਰਹੀ ਨੇ ਪਰ ਕਿਤੇ ਨਾ ਕਿਤੇ ਹੁਣ ਕਰੋਨਾ ਮਹਾਮਾਰੀ ਨੇ ਜਿੱਥੇ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲਤਾ ਹੈ ਉੱਥੇ ਭਾਰਤ ਦੇ ਵਿੱਚ ਇਹ ਗ੍ਰਾਫ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਤੇ ਸਰਕਾਰ ਵੱਲੋਂ ਵੱਡੇ ਦਾਅਵੇ ਵੀ ਕੀਤੇ ਜਾ ਰਹੇ ਨੇ ਕਿ ਜਲਦ ਇਸ ਮਹਾਮਾਰੀ ਤੋਂ ਲੋਕਾਂ ਨੂੰ ਨਜਾਤ ਦਵਾ ਦਿੱਤੀ ਜਾਵੇਗੀ ਕਰੋਨਾ ਨੇ ਇਸ ਸਮੇਂ ਪੂਰੀ ਦੁਨੀਆ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਤੇ ਇਸ ਮਹਾਮਾਰੀ ਦੀ ਰੋਕਥਾਮ ਵਾਸਤੇ ਦੁਨੀਆ ਭਰ ਵਿੱਚ ਵਿਗਿਆਨੀ ਵੈਕਸੀਨ ਦੀ ਖੋਜ ਕਰਨ ਵਿੱਚ ਲੱਗੇ ਹੋਏ ਨੇ ਕੁਝ ਕੰਪਨੀਆਂ ਵੱਲੋਂ ਬਣਾਈਆਂ ਵੈਕਸੀਨਾਂ ਆਪਣੇ ਆਖਰੀ ਪੜਾਅ ਦੇ ਉੱਪਰ ਪਹੁੰਚ ਚੁੱਕਿਆ ਨੇ ਪਰ ਵੈਕਸੀਨ ਬਣਨ ਤੋਂ ਬਾਅਦ ਕਰੋਨਾ ਦੀ ਕੋਈ ਲਾਗ ਨਹੀਂ ਹੋਵੇਗੀ ਇਸ ਦੀ ਗਾਰੰਟੀ ਨਹੀਂ ਦਿੱਤੀ ਜਾ ਰਹੀ ਹੈ ਇਹ ਗੱਲ ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗ੍ਰੇਡਸ ਨੇ ਦੱਤੀ ਹੈ ਤੇ ਅਮਰੀਕਾ ਦੇ ਜੋ ਸੀਐਨਐਨ ਚੈਨਲ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਬਿਲ ਗ੍ਰੇਡਸ ਨੇ ਇਹ ਵੀ ਕਿਹਾ ਕਿ ਟੀਕਾ ਜੋ ਕਰੋਨਾ ਦਾ ਉਹ ਇਸ ਸਾਲ ਦੇ ਅੰਤ ਵਿੱਚ ਜਾਂ ਅਗਲੇ ਸਾਲ ਦੇ ਸ਼ੁਰੂਆਤ ਵਿੱਚ ਸਭ ਨੂੰ ਉਪਲਬਧ ਹੋਣਾ ਸ਼ੁਰੂ ਹੋ ਜਾਵੇਗਾ ਇਸ ਵੈਕਸੀਨ ਦੇ ਫਾਇਦੇ ਕੀ ਹੋਣਗੇ ਉਹਨਾਂ ਨੇ ਕਿਹਾ ਕਿ ਟੀਕਾ ਬਿਮਾਰੀ ਨੂੰ ਬਚਾਵੇਗਾ ਦੂਜਾ ਕਰੋਨਾ ਦੀ ਲਾਗ ਨੂੰ ਰੋਕਿਆ ਜਾਵੇਗਾ ਪਰ ਵੈਕਸੀਨ ਕਾਰਨ ਤੁਹਾਨੂੰ ਕਰੋਨਾ ਦੀ ਲਾਗ ਨਹੀਂ ਮਿਲੇਗੀ ਤੇ ਨਾ ਹੀ ਕੋਈ ਗਰੰਟੀ ਦਿੱਤੀ ਜਾਵੇਗੀ ਕਿ ਇਸ ਟੀਕੇ ਦੇ ਨਾਲ ਤੁਹਾਨੂੰ ਮੌੜ ਕਰੋਨਾ ਵਾਇਰਸ ਨਹੀਂ ਹੋਵੇਗਾ ਗ੍ਰੇਡਸ ਨੇ ਅੱਗੇ ਵੀ ਕਿਹਾ ਕਿ ਫਿਲਹਾਲ ਕਰੋਨਾ ਜੋ પ્રતિਬੰਧ ਵੈਕਸੀਨ ਦੀ ਜੋ ਲੋੜ ਹੈ ਇਸ ਸਮੇਂ ਵਕ ਵਕ ਜੋ ਉਮਰ ਸਮੂਹਾਂ ਦੇ ਲੋਕ ਤੇ ਗਰਭਵਤੀ ਔਰਤਾਂ ਦੇ ਟੈਸਟ ਕਰਨ ਕੋਈ ਜੋ ਸਮਾਂ ਨਹੀਂ ਹੈ ਇਸ ਕਰਕੇ ਅਜਿਹੇ ਸਮੇਂ ਵਿੱਚ ਟੀਕੇ ਦੀ ਜਾਂਚ ਬਾਰੇ ਸਹੀ ਜੋ ਜਾਣਕਾਰੀ ਇਕੱਠੀ ਕਰਨੀ ਹੈ ਜੇ ਬਹੁਤ ਜ਼ਿਆਦਾ ਮੁਸ਼ਕਲ ਹੈ ਤੇ ਬਿਲ ਗ੍ਰੇਡਸ ਨੇ ਕਰੋਨਾ ਬਾਰੇ ਵਿਸ਼ਵ ਦੇ ਅੰਦਰ ਜੋ ਅਮਰੀਕਾ ਦੀ ਸਥਿਤੀ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਹੈ ਤੇ ਅਮਰੀਕਾ ਵਿੱਚ ਕਰੋਨਾ ਟੈਸਟਿੰਗ ਵੱਧ ਰਹੀ ਹੈ ਇਹਦੇ ਨਾਲ ਹੀ ਸੰਕਰਮਿਤ ਜੋ ਮਰੀਜ਼ ਨੇ ਉਹਨਾਂ ਦੀ ਗਣਤੀ ਵੀ ਦਿਨ ਪ੍ਰਤੀ ਦਿਨ ਵਾਧੀ ਹੀ ਜਾ ਰਹੀ ਹੈ ਤੇ ਉਹਨਾਂ ਨੇ ਵਾਈਟ ਹਾਊਸ ਦੇ ਇਸ ਦਾਅਵੇ ਨੂੰ ਅਣਉਚਿਤ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਅਮਰੀਕਾ ਵਿੱਚ 37000 ਨਵੇਂ ਮਰੀਜ਼ ਮਿਲੇ ਨੇ ਇੱਕੋ ਦਿਨ ਵਿੱਚ ਜੋ ਮਿਲੇ ਨਵੇਂ ਮਰੀਜ਼ਾਂ ਦੀ ਇਹ ਗਿਣਤੀ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਤੇ ਉਹਨਾਂ ਨੇ ਦੱਸਿਆ ਕਿ ਬਿੱਲ ਤੇ ਜੋ ਮਲਿੰਡਾ ਗ੍ਰੇਡਸ ਫਾਊਂਡੇਸ਼ਨ ਕਰੋਨਾ ਟੀਕਾ ਬਣਾਉਣ ਵਾਸਤੇ 40 ਅਰਬ ਡਾਲਰ ਲਗਭਗ 3 ਲੱਖ ਕਰੋੜ ਰੁਪਇਆ ਖਰਚ ਕਰੇਗੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੇ ਗੀਤ ਪ੍ਰੀਤ ਹਰਪਾਲ ਇਸ ਗਾਣੇ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਇੱਕ ਵੱਡਾ ਵਿਵਾਦ ਹੁਣ ਪ੍ਰੀਤ ਹਰਪਾਲ ਦੇ ਨਾਲ ਧੁਰ ਪਿਆ ਜਿਸ ਗਾਣੇ ਦੇ ਵਿੱਚ ਪ੍ਰੀਤ ਹਰਪਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਤਰਾਜਯੋਗ ਸ਼ਬਦਾਵਲੀ ਵਰਤੀ ਹੈ ਤੇ ਇਸ ਦੇ ਵਿਰੋਧ ਵਿੱਚ ਕੱਲ ਗਰਦਾਸਪੁਰ ਦੇ ਵਿੱਚ ਬੰਦੀ ਸਿੰਘ ਰਿਹਾਈ ਮੋਰਚੇ ਵੱਲੋਂ ਐਸਜੀਪੀਸੀ ਆਪਰੇਸ਼ਨ ਦੇ ਮੰਗ ਪੱਤਰ ਉਥੇ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪ੍ਰੀਤ ਹਰਪਾਲ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਗਰਦਾਸਪੁਰ ਤੋਂ ਸਾਡੇ ਪੱਤਰਕਾਰ ਜਤਿੰਦਰ ਕੁੰਦਲ ਨੇ ਜਿੱਥੇ ਗਰਮੀਤ ਸਿੰਘ ਆਗੂ ਨੇ ਜੋ ਕਮੇਟੀ ਦੇ ਸਤਕਾਰ ਕਮੇਟੀ ਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ। ਦਲਜੀਤ ਸਿੰਘ ਆਗੂ ਬੰਦੀ ਸਿੰਘ ਰਿਹਾਈ ਮੋਰਚਾ ਤੇ ਉਹਨਾਂ ਦੇ ਨਾਲ ਨਾਲ ਦਲਬਾਗ ਸਿੰਘ ਜੋ ਐਸਪੀ ਆਪਰੇਸ਼ਨ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ। ਮੰਗ ਪੱਤਰ ਦਿੱਤਾ ਬਾ ਕਪਤਾਨ ਸਾਹਿਬ ਨੂੰ ਕਪਤਾਨ ਸਾਹਿਬ ਤੇ ਹੈ ਨਹੀਂ ਉਹਨਾਂ ਦੀ ਗੈਰਹਾਜ਼ਰ ਸਰਦਾਰ ਦਿਲਬਖ ਸਿੰਘ ਜੀ ਐਸਪੀ ਸਾਹਿਬ ਉਹਨਾਂ ਨੂੰ ਦਿੱਤਾ ਵੀ ਪ੍ਰੀਤ ਹਰਪਾਲ ਇੱਕ ਕਲਾਕਾਰ ਆ ਸਾਡੇ ਗੁਰਦਾਸਪੁਰ ਏਰੀਆ ਦਾ ਜਿੰਨੇ ਗੁਰਨਾਨਕ ਪਾਸ਼ਾ ਤੇ ਟਿਕਟੋਕ ਆਪਣੇ ਅਕਾਊਂਟ ਤੇ ਟਿੱਪਣੀ ਕੀਤੀ ਆ ਵੀ ਗੁਰਨਾਨਕ ਪਾਸ਼ਾ ਨੇ ਕਰੋਨਾ ਕਰੋਨਾ ਕਰਾਤੀ ਇਹਦਾ ਕੋਈ ਮਤਲਬ ਨਹੀਂ ਬੰਦਾ ਹਰ ਇੱਕ ਧਰਮ ਇੱਕ ਇਲਾਫ ਕੋਈ ਨਾ ਕੋਈ ਆਇਤ ਦੇਣ ਕਲਾਕਾਰ ਜਿਹੜਾ ਬੜਾ ਸਿੱਧਾ ਬੋਲਦਾ ਰਹਿੰਦਾ ਸਾਡੀ ਪੁਰਜਰ ਮੰਗਾ ਵੀ ਇਹਦੇ ਖਿਲਾਫ ਮੰਦੀਆਂ ਕਾਨੂੰਨੀ ਧਰਾਵਾਂ ਖਿਲਾਫ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਅਗਰ ਕਾਰਵਾਈ ਪ੍ਰਸ਼ਾਸਨ ਨਹੀਂ ਕਰਦਾ ਤਾਂ ਮਜਬੂਰਨ ਸਾਨੂੰ ਕਾਨੂੰਨ ਆਪਣੇ ਹੱਥ ਲੈਣਾ ਪਵੇਗਾ ਜੋ ਸ਼ੁਰੂ ਤੋਂ ਹੁੰਦਾ ਆ ਠੀਕ ਹੈ ਜੀ ਜਦੋਂ ਇਨਸਾਬ ਨਾ ਮਿਲੇ ਤਾਂ ਫਿਰ ਸਿੰਘ ਲੈਣਾ ਜਾਂਦੇ ਆ ਇਹ ਸਾਡੀ ਬੇਨਤੀ ਆ ਸਾਨੂੰ ਉਮੀਦ ਹੈ ਕਿ ਪ੍ਰਸ਼ਾਸਨ ਜਿਹੜਾ ਸਾਡੀਆਂ ਮੰਗਾਂ ਨੂੰ ਮੁੱਖ ਰੱਖਦੇ ਇਹਦੇ ਖਿਲਾਫ ਬੰਦੀ ਕਾਨੂੰਨਾ ਕਰਕੇ ਕਰੇਗਾ ਇਹਨੂੰ ਤਾਣਨਾ ਕਰਨਾ ਚਾਹੁੰਦੇ ਆ ਵੀ ਬੰਦੇ ਦਾ ਪੁੱਤ ਬਾਂਜਾ ਇੱਥੇ ਹੀ ਜਮਿਆ ਪੜਿਆ ਤੂੰ ਕੋਈ ਵੱਖਰਾ ਤੇਰਾ ਕੋਈ ਧਰਮ ਤੇ ਹੈ ਨਹੀਂ ਵੀ ਗੁਨਾਰਕ ਪਾਸ਼ਾ ਤੂੰ ਜਾਣਦਾ ਨਹੀਂ ਜਾਂ ਕਿਵੇਂ ਆ ਕਿਤਰਾ ਆ ਵਾ ਠੀਕ ਆ ਨਾ ਤੇ ਬਾਕੀ ਕਲਾਕਾਰਾਂ ਨਾਲ ਜੋ ਹੁੰਦਾ ਹੈ ਇਹਨੂੰ ਪਤਾ ਹੀ ਆ ਵੀ ਕੀ ਆ ਕਿਵੇਂ ਆ ਤੇ ਬਾਕੀ ਸਿੰਘ ਜਿਵੇਂ ਲੈਂਦੇ ਸਾਬ ਉਹ ਹਰ ਇੱਕ ਨੂੰ ਪਤਾ ਵੀ ਮੰਗ ਕਰਦੇ ਆ ਵੀ ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਵੀ ਕਾਨੂੰਨ ਇਹਨੂੰ ਮਤਲਬ ਬਣਦੀ ਸਜ਼ਾ ਦੇਊਗਾ ਤੇ ਬਣਦੀਆਂ ਧਰਾਵਾਂ ਸਾਰ ਤੇ ਪਰਚਾ ਦਰਜ ਕਰਨਗੇ ਜੇਕਰ ਕਾਨੂੰਨ ਨਹੀਂ ਕੋਈ ਕਾਰਵਾਈ ਕਰਦਾ ਮਜਬੂਰਨ ਸਾਨੂੰ ਇਹਦੇ ਪਿੰਡ ਜਾ ਕੇ ਜੇ ਸਾਨੂੰ ਇਹਦੇ ਛੱਤਰਫੇਰਨਾ ਪਿਆ ਛੱਤਰ ਵੀ ਫੇਰਾਂਗੇ ਕੋਈ ਲਿਹਾਜ਼ ਨਹੀਂ ਦਾਂਦਾ ਬੰਦਿਆਂ ਦਾ ਇਹਨਾਂ ਨਾਚਾਰਾਂ ਦੀ ਕੋਈ ਪੰਜਾਬ ਨੂੰ ਦੇਣ ਨਹੀਂ ਕੋਈ ਸੇਧ ਨਹੀਂ ਜੇ ਇਹਨਾਂ ਦਾ ਇੰਨਾ ਹੀ ਖੂਨੋਂ ਵਾਲੇ ਮਾਰਦਾ ਚੀਨ ਦੇ ਬਾਰਡਰ ਤੇ ਚਲੇ ਜਾਣ ਵੈਰੀ ਗੁੱਟ ਚੀਕਾਂ ਮਾਰਦੇ ਇਹ ਤਾਂ ਗਾਣਿਆਂ ਦੇ ਵਿੱਚ ਕਦੀ ਹਿਸਿਆਰ ਚੱਕ ਕੇ ਕਦੀ ਏਕੇ 47 ਕਦੀ ਇਹਨਾਂ ਦੇ ਮੂਸੇ ਵਰਗੇ ਮੂਸੇ ਵਾਲੇ ਵਰਗੇ ਜਿਹੜੇ ਹਿਸਿਆਰਾਂ ਨਾਲ ਫੜ ਕੇ ਮਤਲਬ ਵੀ ਏਕੇ 47 ਦਾ ਫੈਰਤਾ ਕਰਦੇ ਆ ਉੱਤੇ ਕਾਨੂੰਨ ਪਰਚਾ ਨਹੀਂ ਕਰਦਾ ਸਾਨੂੰ ਅਜੇ ਵੀ ਵਿਸ਼ਵਾਸ ਆ ਕਾਨੂੰਨ ਤੇ ਕਿ ਪ੍ਰੀਤ ਅਰਪਾਲ ਦੇ ਬਣਦੀਆਂ ਧਰਾਵਾਂ ਅਨਸਾਰ ਪਰਚਾ ਦਰਜ ਕਰਨ ਜੇਕਰ ਨਹੀਂ ਕਰਨਗੇ ਪਰਚਾ ਦਰਜੇ ਤਾਂ ਸਾਨੂੰ ਕਾਨੂੰਨ ਆਪਣੇ ਹੱਥ ਲੈਣਾ ਪਏਗਾ ਅਸੀਂ ਘਰੇ ਜਾ ਕੇ ਜੁੱਤੀ ਫੇਰ ਕੇ ਆਵਾਂਗੇ ਦੇ ਬਾਉਪੁਰ ਜੱਟਾਂ ਪਿੰਡ ਸੌੜ ਤੋਂ ਬਹੁਤਾ ਦੂਰ ਨਹੀਂ ਗਾ ਇਹ ਪਹਿਲਾਂ ਵੀ ਇਹਨੂੰ ਕਾਫੀ ਸਮਾਂ ਪਹਿਲਾਂ ਇਹਨੂੰ ਸਮਝਾਇਆ ਸੀਗਾ ਵੀ ਆਹ ਕੰਮ ਨਾ ਕਰ ਸਾਡੇ ਕੋਲ ਅਜੇ ਤੱਕ ਲਿਖਤੀ ਪਿਆ ਇਹਦਾ ਅਜੇ ਸਾਡੇ ਕੋਲ ਲਿਖਤੀ ਮਾਫੀ ਮੰਗ ਕੇ ਗਿਆ ਸੀਗਾ ਜਦੋਂ ਇਹਨੇ ਪਹਿਲਾਂ ਇੱਕ ਵਿਵਾਦਿਤ ਗਾਣਾ ਗਾਇਆ ਸੀ ਆਪਣਾ ਅਸੀਂ ਇਹੀ ਮੰਗ ਕਰਦੇ ਵੀ ਕਾਨੂੰਨ ਨੇ ਤੇ ਕਾਰਵਾਈ ਕਰੇ ਵੀ ਸਾਨੂੰ ਕਾਨੂੰਨ ਹੱਥਾਂ 'ਚ ਨਾ ਲੈਣਾ ਪਵੇ ਹਾਂ ਡਿਲੀਕਸ਼ਨ ਇੱਕ ਦੇ ਕੇ ਗਿਆ ਉਹ ਐਪਲੀਕੇਸ਼ਨ ਮੈਂ ਪ੍ਰੀ ਤਰਪਾਲ ਨੇ ਕੋਈ ਜਿਹੜਾ ਕੋਈ ਟਿਕਟੌਕ ਤੇ ਕੋਈ ਮਨਾਈ ਹੋਊਗੀ ਤੇ ਉਹਦੇ ਚ ਉਹਨਾਂ ਨੇ ਕੋਈ ਕਹਿੰਦੇ ਬਾਬੇ ਨਾਨਕ ਦੇ ਗੀਤਸ ਬੋਲਿਆ ਉਹ ਮੈਂ ਡੀਐਸਪੀ ਸਿਟੀ ਨੂੰ ਮਾਰਕ ਕਰ ਦਿੱਤੀ ਹੈ ਜੋ ਵੀ ਅਸਲੀਅਤ ਸਾਹਮਣੇ ਆਏਗੀ ਉਸ ਹਿਸਾਬ ਦੇ ਨਾਲ ਕਾਰਵਾਈ ਹੋ ਜਾਏਗੀ ਪੰਜਾਬੀ ਗੁਨਾਹਾਂ ਦੇ ਵਿੱਚ ਇਹ ਸੀ ਅੱਜ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚਲਦੀਆਂ ਰਹਿਣਗੀਆਂ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਮ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ